ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੋਗ 'ਚ। ਅਤੇ ਕੱਲ੍ਹ ਅਸੀਂ ਜਾ ਕੇ ਆਏ ਸੀ ਸਾਡੇ ਨਾਲ ਦੇ ਪਿੰਡ, ਉੱਥੇ ਅਸੀਂ ਰੱਖ ਕੇ ਆਈ ਪੈਂਟ ਜਿਹੜੀ ਕਿ ਮਾੜੀ ਜਿਹੀ ਮੂਹਰੀ ਜਿਹੀ ਪੜ ਗਈ, ਜਿਵੇਂ ਤੁਹਾਨੂੰ ਪਤਾ ਹੀ ਆ। ਆਪਾਂ ਪੈਰ ਰੱਖਦੇ ਹਾਂ ਖੁੱਲ੍ਹੀ ਮੂਹਰੀ ਵਾਲੀਆਂ ਨਾ, ਇਹਦੇ 'ਚ ਫਸ ਜਾਂਦੀਆਂ ਨੇ ਇਹਦੇ 'ਚ, ਫਿਰ ਉਹ ਮੋਟਰਾਂ ਤੋੜਦੇ ਇਹਦੇ ਵਿੱਚ ਫਸ ਕੇ ਪੜ ਜਾਂਦੀਆਂ ਨੇ। ਉਹਨੀ ਇੰਨੀ ਚੀਜ਼ ਪੜ ਗਈ ਸੀ ਅਤੇ ਕੱਲ੍ਹ ਉਹ ਦਰਜੀ ਕੋਲ ਦੇ ਕੇ ਆਇਆ ਸੀ ਅਤੇ ਹੁਣ ਵਾਪਸ ਲੈਣ ਜਾਂਦੇ ਹਾਂ ਅਤੇ ਉਹਦਾ ਵਾਪਸ ਲੈਣੀਆਂ ਅਤੇ ਉਹ ਇਹਦੇ 'ਚ ਪਾ ਕੇ ਲਿਆਵਾਂਗੇ ਤਾਂ ਇਹ ਨਾਲ ਚੱਕਿਆ। ਅਤੇ ਇੱਕ ਬਾਕੀ ਆਪਾਂ ਕੱਲ੍ਹ ਕਣਕ ਵੀ ਰੱਖ ਕੇ ਆਏ ਸੀ ਚੱਕੀ, ਅਤੇ ਹੁਣ ਆਟਾ ਬਣ ਗਿਆ ਹੋਣਾ, ਉਹ ਵੀ ਲੈ ਕੇ ਆਉਂਦੇ ਹਾਂ ਅਤੇ ਲਿਆ ਕੇ ਮਿਲਦੇ ਹਾਂ ਤੁਹਾਨੂੰ ਫਿਰ ਆਪਾਂ ਹੁਣ। ਅਜੇ ਹਵਾ ਹੀ ਬਹੁਤ ਚੱਲ ਰਹੀ ਆ। ਅਤੇ ਪੈਂਟ ਸਾਨੂੰ ਮਿਲ ਗਈ ਟੇਲਰ ਦੇ ਹੁੰਦੇ ਹਾਈ, ਤਾਂ ਉਹੀ ਜਿਹੜੀ ਮੈਂ ਸਮਾਈ ਸੀਗੀ ਇਹਦੀ। ਹੁਣ ਹੁੰਦੇ ਰਵਾਨਾ ਘਰ ਨੂੰ। ਅਤੇ ਹੁਣ ਹੋ ਗਿਆ ਜੀ ਦੂਜਾ ਦਿਨ, ਅਤੇ ਇੱਥੇ ਕਿਹੜੇ ਜਵਾਕ ਖੇਡਣ ਲੱਗੇ ਮੈਨੇ ਕ੍ਰਿਕਟ। ਮੈਂ ਮੰਤਰੀ ਨੂੰ ਕਿਹਾ ਵੀ ਆਏ ਆਪਾਂ ਵੀਡੀਓ ਬਣਾਉਂਦੇ ਹਾਂ, ਪਰ ਇਹ ਕਹਿੰਦਾ ਮੈਂ ਕ੍ਰਿਕਟ ਖੇਡਦਾ, ਇੱਥੇ ਕਰਕੇ ਫਿਰ ਮੈਂ ਉਰੀ ਆ ਗਿਆ ਜਾ ਕੇ ਮੂੰਹ। ਆਹ ਵਾਲੀ ਟੇਪ ਜੀ ਆਪਾਂ ਕਿਸੇ ਟਾਈਮ ਲਿਆਉਂਦੀ ਸੀ, ਤੁਹਾਨੂੰ ਯਾਦ ਹੋਊਗਾ, ਇਹ ਆਪਣ ਬਾਜ ਵਾਲੀ ਤਾਂ ਮਿਲੀ ਨਹੀਂ ਸੀ, ਪਰ ਆਹ ਮਿਲ ਗਈ ਸੀਗੀ। ਅਤੇ ਫਿਰ ਮੈਂ ਇਹ 100 ਰੁਪਏ ਲਿਆਉਂਦੀ ਸੀਗੀ ਪਰ ਲਾਈ ਨਹੀਂ ਸੀ ਮੈਂ, ਕਿਉਂਕਿ ਆਪਾਂ ਤੇਲ ਨਹੀਂ ਬੜਕ ਦੇ ਲਿਖਾ ਲਿਆ ਸੀ ਅਤੇ ਟੇਪ ਨਵੀਂ ਕਰਾਈ ਹੋਈ ਸੀਗੀ, ਤਾਂ ਕਰਕੇ ਮੇਰਾ ਲਾਉਣ ਜੀ ਨਹੀਂ ਸੀ ਕਰਿਆ। ਹੁਣ ਮੇਰਾ ਮੂਡ ਬਣਿਆ ਵੀ ਮੈਂ ਕਿਉਂ ਉਹਨਾਂ ਨੂੰ ਪਹਿਲਾਂ ਤਾਂ ਜੇ ਮੈਂ ਲੱਭੀ ਸੁੱਚ ਲੱਭਦਾ ਸੀਗਾ, ਪਹਿਲਾਂ ਮੈਂ ਸੋਚਿਆ ਵੀ ਆਹੀ ਕਰਦਾ ਟੇਪ, ਮੈਂ ਇੰਨੀ ਆਹ ਲੱਭੀ ਟੇਪ ਮੈਨੂੰ ਘਰੋਂ ਲੱਭੀ ਹੋਣੀ ਕਿਤੇ, ਫਿਰ ਮੈਨੂੰ ਲੱਭੀ ਸੁੱਚ, ਮੈਂ ਕਿਹਾ ਸੁੱਚ ਲੱਭੀ ਤਾਂ ਪਟਾਕੇ ਵਾਲੀ ਵੀਡੀਓ ਬਣਾ ਲੈਂਦੇ ਹਾਂ, ਜੋ ਸੁੱਚ ਲੱਭੀ ਫਿਰ ਮੈਂ ਤਾਰ ਦੇਖਣ ਲੱਗਾ, ਤਾਰ ਲੱਭਦੇ ਲੱਭਦੇ ਆ ਲੱਭਿਆ, ਫਿਰ ਮੈਂ ਕਿਹਾ ਚੁਣਾਉਣਾ ਆਹੀ ਲਾ ਦਿੰਦੇ ਹਾਂ। ਅਤੇ ਜਿਹੜੀ ਟੇਪ ਕਰੀ ਹੋਈ ਆ ਬਹੁਤ ਵਧੀਆ ਕਰੀ ਹੋਈ, ਲਾਉਣ ਨੂੰ ਜੀ ਨਹੀਂ ਕਰਦਾ, ਇਹ ਨਹੀਂ ਲਾਉਂਦਾ ਮੈਂ, ਆਹ ਤੇਲ ਨਹੀਂ ਬੜਕ ਦੇਖ ਲਾ ਕੇ ਨਾ ਇਹਦੇ ਉੱਤੇ ਕਰ ਦੇਣੀ ਆ ਟੇਪ ਦੇ ਉੱਤੇ, ਜੇ ਵਧੀਆ ਰੱਖਾਂਗੇ ਵਧੀਆ ਲੱਗੂ ਤਾਂ ਰੱਖ ਲਾਂਗੇ, ਨਹੀਂ ਪੱਟ ਦੇਣੀ ਆਪਾਂ ਇਹ ਨਹੀਂ, ਆਹ ਕਾਲੀ ਟੇਪ ਜਿਹੜੀ ਇਹ ਲਾਉਣੀ ਨਹੀਂ ਹੈਗੀ ਆਪਾਂ, ਇਹਦੇ ਉੱਤੇ ਜੋ ਚਾੜ ਦੇਣੀ ਆ। ਅਤੇ ਸਾਰਾ ਕੁਛ ਮੈਂ ਚੱਕੀ ਫਿਰਦਾ ਪੇਚਕਸ ਅਤੇ ਕਟਰ, ਅਤੇ ਚਲੋ ਫਿਰ ਉਹਨੂੰ ਕਰਦੇ ਹਾਂ ਸਟਾਰਟ। ਆਪਾਂ ਨੂੰ ਤੇਲ ਨਹੀਂ ਬੜਕ ਦੇਖ ਪੱਟਣਾ, ਆਪਾਂ ਬਟਨ ਜੀ ਨਹੀਂ ਕਰਦਾ, ਘੈਂਟ ਲੱਗਦਾ। ਉਫੋ ਕਟਰ ਤਾਂ ਮੈਂ ਗਲਤ ਲਿਆ ਯਾਰ, ਪੁਰਾਣਾ ਚੱਕ ਲਿਆ, ਨਵਾਂ ਵੀ ਪਿਆ ਸੀ ਉੱਥੇ। ਤੇਲ ਨਹੀਂ ਤਾਂ ਲੈ ਗਿਆ, ਬੜਕ ਦੇਖ ਲੈ ਗਿਆ, ਬੜਕ ਦੇਖ ਬਸ, ਤੇਲ ਲੈ ਉਹ ਨਹੀਂ, ਤੇਲ ਦੇ ਕੇ ਨਾ ਵਧੀਆ ਲੱਗਦਾ ਜੀ, ਮੈਨੂੰ ਪਹਿਲਾਂ ਨਹੀਂ ਵਧੀਆ ਲੱਗਿਆ, ਮੈਨੂੰ ਮਿਲਖਾ ਕਹਿੰਦਾ ਲਿਖਾਓ ਘੈਂਟ ਬਹੁਤ ਲੱਗਦਾ, ਜਦ ਮੈਂ ਲਿਖਾਇਆ ਤੀ ਮੈਨੂੰ ਤਾਂ ਉਹੀ ਲੱਗਿਆ ਟੇਢਾ ਪੀਂਗਾ, ਵਧੀਆ ਪੀਣ ਲੱਗਿਆ ਪੜ੍ਹ ਲਿਖ ਤੈਨੂੰ, ਬਾਅਦ ਚੋਂ ਘੈਂਟ ਬਹੁਤ ਲੱਗਿਆ। ਆਹ ਦੇਖੋ ਤੇਲ ਨਹੀਂ ਵੜ ਕੇ ਖਿਲਾਤਾ, ਹੁਣ ਜਮੀ ਸਾਫ਼ ਸਾਫ਼ ਜਿਹਾ, ਹੁਣ ਔੜ ਔੜ ਜਿਹਾ ਲੱਗਦਾ, ਕਿੰਨਾ ਸਾਫ਼ ਸਾਫ਼ ਲੱਗਦਾ, ਖਾਲੀ ਖਾਲੀ ਜਿਹਾ। ਆਹ ਚੱਕੀ ਕਰਤਾ ਦਫੇ ਕਰਤਾ, ਉਹ ਵਧੀਆ ਲੱਗਦਾ ਇਹ ਲਿਖਿਆ, ਪਰ ਕੋਈ ਨਾ ਜੀ ਆਹ ਨਾ ਸਹੀ ਲੱਗਿਆ, ਫਿਰ ਆਪਾਂ ਫਿਰ ਤੋਂ ਤੇਲ ਨਹੀਂ ਵੜ ਕੇ ਖਾ ਲਾ। ਹਾਂ ਸਭ ਤੋਂ ਕਿਉਂ ਨਾ ਮੈਨੂੰ ਸੜਕ ਤੋਂ ਥੱਲੇ ਲਾ ਨਾ, ਕਿ ਆਪਾਂ ਪਹੀ 'ਚ ਖੜ ਜਾ। ਕਿਤੋਂ ਹੋਰ ਤਾਰ ਲੈ, ਇੱਧਰ ਜੀ ਤਾਰ ਲੈ, ਇੱਥੋਂ ਜ਼ਰੂਰੀ ਤਾਰਨਾ ਲੱਗੂਗਾ, ਲੱਗੂਗਾ ਲੱਗੂ ਪੱਕਾ, 100 ਚੋਂ 100% ਪਿੱਛੇ ਖਿੱਚਣਾ ਪਊ। ਇੰਨੀ ਜਾਨ ਆ ਗਈ ਮੇਰੇ 'ਚ, ਇੱਥੋਂ ਤਾਰ ਲਓ ਰੋਜੀ, ਚੱਲ 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 ਚੱਲ, ਨਾ ਨਾ ਚੱਲ ਚੱਲ, ਇੱਥੇ ਲੱਗਦਾ, ਚੱਲ ਚੱਲ ਨਿੰਘਿਆ ਮੌਜੂ ਵੀ ਮਾੜਾ ਜਿਹਾ ਕੱਚਣਾ ਨਿੰਘਿਆ, ਮੂਹਰੇ ਦੇਖ ਬੈਠ, ਹੋਰੇ ਚਲਾ ਲੈ, ਇੱਥੇ ਬਾਲ ਨਾ ਮਾਰਨੇ ਤੇਰੇ ਘੁਮਾ ਕੇ। ਸਭ ਤੋਂ ਪਹਿਲਾਂ ਕੀ ਕਰਨਾ ਆਪਾਂ, ਜਿਵੇਂ ਉਹ ਖੋਲਦੇ ਹੁੰਦੇ ਨੇ ਪਾ, ਖੋਲ ਦਿੰਦੇ ਹਾਂ, ਖੋਲ ਦੇਣ ਇਹਦੇ ਵਾਸਤੇ ਮੈਂ ਪੇਜ ਕਸ ਲੈ ਕੇ ਆਉਂਦਾ ਘਰੋਂ ਪਹਿਲਾਂ ਹੀ, ਤੇਲ ਉੱਡ ਜਾਣਾ ਮੇਰਾ 1000 ਰੁਪਏ ਦਾ, ਜੇ ਤੇਲ 'ਚ ਡਿੱਗ ਗਿਆ ਨਟ ਫੇਰ ਛੁੱਟੀਆਂ ਬੰਦ ਹੋ ਗਈਆਂ। ਹਾਂ ਇਹਨੇ ਛੁੱਟੀਆਂ ਕੈਂਸਲ ਹੋ ਗਈਆਂ ਨਾ, ਹੁਣ ਆਪਾਂ ਹੀ ਕਰਨਾ ਆ ਲਾਉਣਾ, ਇਹਨੂੰ ਲਾਉਣ ਵਾਸਤੇ ਤਾਂ ਕੀ ਕਰਨਾ, ਘਰ ਤਾਂ ਪੂਰਾ ਵਧੀਆ ਨਹੀਂ ਲੱਗਦਾ, ਫਫੜਾ ਮਾਰੂੰ ਪਹਿਲਾਂ ਹੀ ਕਹੀ ਜਾਂਦਾ। ਯੇ ਆਊਟ ਹੋ ਗਿਆ, ਔਖਾ ਹੀ ਬਹੁਤ ਆ, ਮੈਨੂੰ ਮਿੰਟ 'ਚ ਲੱਗ ਜਾਓ, ਆਹੋ ਮਿੰਟ 'ਚ ਲੱਗੂਗਾ, ਉਹ ਵੀ ਤੇਤੋਂ ਉਹ ਤਾਂ ਨਾ ਤੁਹਾਡੀ ਮਿੰਟ 'ਚ ਲਾ ਦੇ, ਤੂੰ ਕਿੱਥੇ ਤੂੰ ਕਿੱਥੇ ਲਾ ਰਹੇ, ਕੱਟ ਕਰਕੇ ਸੀਟ ਸੀਟ ਵਿੱਚ ਕੇ ਰੱਖ ਮੈਂ ਕਹਿੰਦਾ, ਇਹ ਸੀਟ ਦਾ ਤਾਂ ਕੋਈ ਚੱਕਰ ਹੀ ਨਹੀਂ, ਹੁਣ ਥੱਲੋਂ ਤਾਂ ਲੱਗ ਗਿਆ, ਸਹੀ ਨਹੀਂ ਲੱਗ, ਕਹਿੰਦੇ ਬਲ ਪੈ ਗਏ ਆ, ਹੁਣ ਤਾਂ ਠੀਕ ਆ ਨਾ, ਓਏ ਬਾਈਟ ਹੁਣ ਵੀ ਗਲਤ ਕਿਵੇਂ ਆ, ਫੜ ਕੇ ਰੱਖਣੀ ਹੈ, ਜੇ ਕੁਛ ਗਲਤੀ ਹੋਈ ਆ ਖਰਾਬ ਹੋਈ ਆਪਾਂ ਬਲੈਕ ਨਾ ਨਾ ਤਾਂ ਲਾ ਸਕਦੇ ਹਾਂ, ਚੱਕੇ ਨੂੰ ਉੱਤੋਂ
ਮੈਨੂੰ ਲੱਗਦਾ ਨੀ ਬਹੁਤਾ ਟਾਈਮ ਰਹੂ ਮੂੰਹ ਤੀ ਕਹਿੰਦਾ ਮੈਂ ਲਾ ਕੇ ਜਾਊਂਗੀ ਪੁੱਤ ਕਿਸੇ ਹੋਰ ਨੇ ਵੀ ਦੱਸਦਾ ਤੈਨੂੰ ਫੜਨਾ ਮੈਂ ਤਾਂ ਇੰਨਾ ਟਾਈਮ ਜਾਂਦਾ ਗੂੰਦ ਸਾਰੀ ਉੱਪਰ ਜੂ ਜਿਹਾ ਜੀ ਲੱਗ ਗਈ ਚਲੋ ਲਾ ਦਿੰਦੇ ਹਾਂ ਜੇ ਵਧੀਆ ਲੱਗੀ ਫਿਰ ਹਜੇ ਆਪਾਂ ਇੱਕ ਹੋਰ ਮੰਗਾ ਲਾਂਗੇ ਤੂੰ ਕਹਿੰਦੇ ਫਿਰ ਲੱਗ ਹੀ ਗਿਆ ਤੇਲ ਕਹਿੰਦੇ ਦੇਖ ਲਿਓ ਉੜ ਤਾਂ ਨਹੀਂ ਗਿਆ ਯਾਰ ਕੱਟ ਮਾਰਦਾ ਇੱਕ ਮੈਂ ਕਹਿੰਦਾ ਖਰਾਬ ਯਾਰ ਥੋੜੀ ਜਿਹੀ ਮੋਡੀਫਾਈ ਕਰਤਾ ਮੈਂ ਉਹਨੂੰ ਲੱਗਦਾ ਹੀ ਨਹੀਂ ਸੀਗਾ ਆਹ ਲਾ ਦੀਏ ਟੱਕਰ ਤੇਲ ਮਹਿੰਗੇ ਭਾਅ ਦਾ ਚਲੋ ਹੁਣ ਕਟਿੰਗ ਕੁਟਿੰਗ ਕਰਕੇ ਮਿਲਦੇ ਹਾਂ ਹਾਂ ਦੇਖੋ ਇੱਕ ਤਾਂ ਮੈਂ ਉਰੇ ਬੜਾ ਜ਼ਿਆਦਾ ਜਲੂਸ ਕੱਢਤਾ ਠੀਕ ਆ ਉਰੇ ਅਤੇ ਇੱਕ ਔਰਾ ਕਟਿੰਗ ਆ ਦੇਖੋ ਸਹੀ ਨਹੀਂ ਹੈਗੀ ਅਤੇ ਆਪਣੇ ਪਾਸ ਦੀ ਕੰਮ ਨਹੀਂ ਸੀਗਾ ਫਿਰ ਮੈਂ ਦੇਖੋ ਦੂਰੋਂ ਦੇਖੋਗੇ ਤਾਂ ਘੈਂਟ ਲੱਗੂਗਾ ਅਤੇ ਉਰੋਂ ਘੈਂਟ ਲੱਗੂ ਪਰ ਲਵਾ ਕੇ ਦੇਖੋ ਤਾਂ ਅਗਲਾ ਬੇਕਾਰ ਹੋਊਗਾ ਅਤੇ ਪੱਟਣੀ ਨਹੀਂ ਹਲੇ ਰੀਲ ਬਣਾਉਣੀ ਇੱਕ ਅੱਗੇ ਨਟ ਮੈਂ ਉਰੇ ਰੱਖੇ ਸੀਗੇ ਇੱਕ ਨਟ ਤਾਂ ਮੈਨੂੰ ਲੱਭਿਆ ਜਿਹੜਾ ਨਟ ਲੱਭਣਾ ਸੀ ਬਾਸਲ ਨਹੀਂ ਲੱਭ ਰਹੀ ਪਤਾ ਨਹੀਂ ਮੈਂ ਉਰੇ ਰੱਖੇ ਕਿਉਂ ਸੀਗੇ ਇਹ ਲੱਭ ਗਈ ਆਹ ਬਾਸਲ ਜੀ ਆਪਾਂ ਨੂੰ ਲੱਭਿਆ ਹੀ ਅਤੇ ਫਿਲਹਾਲ ਉਹਨੂੰ ਮੈਂ ਰੱਖਦਾ ਹਲੇ ਇੱਕ ਦਿਨ ਰੱਖਦਾ ਮੈਂ ਤਾਂ ਕਹਿੰਦਾ ਫਿਰ ਉਹਨੂੰ ਦਿਖਾਉਂਗਾ ਵੀ ਆਹ ਜਲੂਸ ਮੈਂ ਆਪ ਕੱਢਿਆ ਐਂ ਕਰਦਾ ਹੁਣ ਫਿਲਹਾਲ ਕੱਸ ਦਿੰਦੇ ਹਾਂ ਬਾਕੀ ਆਹ ਦੇਖੋ ਆਹ ਉਰੇ ਰੰਗ ਜਿਹਾ ਲੈ ਕਿਉਂਕਿ ਚਿਪਕ ਗਈ ਸੀਗੀ ਅਤੇ ਆਹ ਬਲ ਬੁਲ ਜੇ ਪੈਣ ਕਰਕੇ ਬੇਕਾਰ ਹੋ ਗਿਆ ਕੰਮ ਅਤੇ ਫਿਲਹਾਲ ਹਜੇ ਉਹਨੂੰ ਅਸੀਂ ਰੱਖਦੇ ਹਾਂ ਅਤੇ ਬਾਕੀ ਜਿਹੜਾ ਸਮਾਨ ਆ ਇਹ ਮੈਂ ਇਹ ਜੀ ਟੂਲ ਵਿੱਚ ਰੱਖ ਦਿੰਦਾ ਮੈਂ ਸਮਾਨ ਜਿਹਾ ਜਿਹੜੇ ਇਹਦੇ ਆਪਦੀਆਂ ਚਾਬੀ ਬੰਨ੍ਹ ਜਾਂਦਾ ਉਹਨੂੰ ਕੱਢ ਕੇ ਘਰੀ ਰੱਖੇ ਹੋਏ ਨੇ ਮੈਂ ਕਿਉਂਕਿ ਕਈ ਵਾਰੀ ਸਮਾਨ ਰੱਖਣਾ ਪੈਂਦਾ ਹਾਂ ਜਿਵੇਂ ਕਿ ਅੱਜ ਕੰਮ ਆਈ ਗਈ ਹੈ ਇਹਨੂੰ ਖਾਲੀ ਕਰਨ ਦਾ ਫਾਇਦਾ ਹੋ ਗਿਆ ਫਿਰ ਸੌਦਾ ਪਤਾ ਰੱਖ ਲਓ ਹੁਣ ਬਾਕੀ ਦੱਸੋ ਘੈਂਟ ਲਾ ਦਾ ਨਹੀਂ ਊਂ ਇਹ ਤਾਂ ਨਹੀਂ ਘੈਂਟ ਲੱਗਦਾ ਪਰ ਮੇਰੀ ਕਰਿਆ ਹੋਇਆ ਨਹੀਂ ਘੈਂਟ ਲੱਗਦਾ ਊਂ ਤਾਂ ਇਹ ਘੈਂਟ ਲੱਗੂ ਮੇਰੇ ਹਿਸਾਬ ਨਾਲ ਊਂ ਦੇਖੋ ਵਧੀਆ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹੋ ਜਿਹਾ ਆਪਾਂ ਮਤਲਬ ਕਿ ਜੇ ਹੋਰ ਕੋਈ ਹੋਇਆ ਉਹ ਕਰਾ ਦਈਏ ਕਿ ਬਲੈਕ ਹੀ ਸਿੰਪਲ ਰੱਖੀਏ ਵੀ ਆਹ ਚੀਜ਼ ਬੇਕਾਰ ਲੱਗਦੀ ਆ ਇਹ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਆ ਵੈਸੇ ਆਹੀ ਪ੍ਰਿੰਟ ਵਧੀਆ ਸੀਗਾ ਵੈਸੇ ਬਾਕੀ ਪ੍ਰਿੰਟ ਤਾਂ ਉਹੀ ਸੀਗੇ ਸੜੇ ਜਿਹੇ ਸ਼ੇਡ ਜਿਹੇ ਵਾਲਾ ਜਾਂ ਕੋਈ ਹੋਰ ਸੀ ਦੇਖ ਊਂ ਤਾਂ ਵਧੀਆ ਸੀ ਪਰ ਉਹਨਾਂ ਦਾ ਡਿਜ਼ਾਇਨ ਜਿਹਾ ਨਹੀਂ ਸੀ ਵਧੀਆ ਯਾਨੀ ਕਿ ਅਤੇ ਦੱਸਿਓ ਫਿਰ ਕਮੈਂਟ ਕਰਕੇ ਵੀ ਆਪਾਂ ਇਹੋ ਜਿਹਾ ਕਰੀਏ ਜਾਂ ਫਿਰ ਤੇਲ ਨਹੀਂ ਵੜ ਕੇ ਇਹੀ ਦੁਬਾਰਾ ਲਿਖਾ ਦਈਏ ਅਤੇ ਫਿਲਹਾਲ ਹੁਣ ਮੈਂ ਇਹਨਾਂ ਦੀ ਕ੍ਰੇਟ ਇੰਜੋਏ ਕਰਦਾ ਇਹਨੂੰ ਖੜਾ ਰਹਿਣ ਦਿੰਦਾ ਹੁਣ ਪੇਸਰ ਆ ਗਿਆ ਪੇਸਰ ਨੂੰ ਮੈਂ ਬੁਲਾਉਣਾ ਸੀਗਾ ਤੈਨੂੰ ਕੈਮਰਾਮੈਨ ਬਣਾਉਣਾ ਸੀਗਾ ਆਹ ਦਿਖਾ ਕਰਿਆ ਮੈਂ ਜਲੂਸ ਕੱਢਦਾ ਵਧੀਆ ਲੱਗਦਾ ਜਲੂਸ ਕੱਢਦਾ ਵਧੀਆ ਲੱਗਦਾ ਕਹੂ ਵਧੀਆ ਲੱਗਦਾ ਕਿਆ ਨਾ ਸੋਹਣਾ ਲੱਗਦਾ ਜਦ ਲਵਾ ਫਿਰ ਜਲੂਸ ਆ ਫਿਰ ਪਤਾ ਵੀ ਲੱਗੇ ਪ੍ਰਦੀਪ ਨੇ ਕਰਿਆ ਮੈਂ ਹੁਣ ਫਿਰ ਸੋਚਦਾ ਵੀ ਲਾਹ ਦਿੰਦੇ ਇਹਨੂੰ ਕਹਿ ਲੈਣਾ ਕੁਰਤੇ ਨੇ ਆਰਾਮ ਨਾਲ ਇੱਥੋਂ ਹਾਂ ਦੋਨੋਂ ਪਾਸੋਂ ਚੱਕ ਪਿੱਸੇ ਨੂੰ ਕੀ ਹੁੰਦਾ ਪਿੱਛੇ ਨੂੰ ਹੁੰਦਾ ਲਾਹ ਤਾਂ ਫਿਰ ਤੋਂ ਆਪਾਂ ਸਾਫ਼ ਕਰਤੀ ਟੈਂਕੀ ਜਲੂਸ ਚੱਕਦਾ ਤੇ ਹੁਣ ਗੁਰਤਿਆਂ ਦੀ ਆਪਾਂ ਨਵਾਂ ਜਗ੍ਹਾ ਬਣਾ ਦਿੰਦੇ ਇੱਧਰ ਕਰ ਚੱਕ ਟਾਈ ਲਾ ਦੀ ਖਵਾਵਾਂਗੇ ਠੀਕ ਆ ਮਿਲਕਣਾ ਭਰ ਗਿਆ ਯਾਰ ਮਿੱਟੀ ਨਾਲ
ਤੇ ਹੋਰ ਗੱਲ ਨੇ ਗੱਲਾਂ ਮੈਂ ਇੱਕ ਚੀਜ਼ ਹੋਰ ਨੋਟਿਸ ਕੀਤੀਆਂ ਆ ABS ਵਾਲੀ ਲਾਈਟ ਆ ਜਿਹੜੀ ਆ ਫਿਰ ਤੋਂ ਚੱਲਣ ਲੱਗੀ ਮੈਨੂੰ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਵਾਰ ਚੱਲਣ ਲੱਗੀ ਸੀ ABS ਵਾਲੀ ਲਾਈਟ ਤੇ ਫਿਰ ਮੈਂ ਫਿਊਜ਼ ਬਦਲਿਆ ਸੀਗਾ ਫਿਰ ਠੀਕ ਹੋ ਗਈ ਸੀਗੀ ਤੇ ਹੁਣ ਦੇਖਦੇ ਹਾਂ ਫਿਊਜ਼ ਬਦਲਣੇ ਠੀਕ ਹੁੰਦੀ ਆ ਨਹੀਂ ਫਿਰ ਏਜੰਸੀ ਦਿਖਾਉਣਾ ਵਾਂਗੀ ਹਾਲੇ ਮੈਂ ਕਹਿ ਕੇ ਹਟਿਆ ਵੀ ਜੇ ਨਾ ਠੀਕ ਹੋਇਆ ਤਾਂ ਏਜੰਸੀ ਦਿਖਾ ਦਾਂਗੇ ਇਹ ਮੁੰਡਾ ਡਰ ਗਿਆ ਆਪੇ ਬੰਦ ਕਰ ਗਿਆ ਪਤਾ ਨਹੀਂ ਕੀ ਹੋਇਆ ਜਾਂ ਉਦੋਂ ਪਤਾ ਨਹੀਂ ਹੈਂਗ ਹੋ ਗਿਆ ਸਿਸਟਮ ਜਾਂ ABS ਸ਼ੋਅ ਕਰਨ ਲੱਗ ਗਿਆ ਜਿਹੜਾ ਹੁਣ ਮੈਂ ਦੁਬਾਰੇ ਬੰਦ ਕਰਕੇ ਚਲਾਇਆ ਜੀ ਰੁਕਿਆ ਸੀ ਕਿਸੇ ਪਾਸੇ ਅਤੇ ਹੁਣ ਠੀਕ ਹੋ ਗਿਆ ਚਲੋ ਵਧੀਆ ਗੱਲ ਠੀਕ ਹੋ ਗਿਆ ਕੁਛ ਕਰਨਾ ਨਹੀਂ ਪਿਆ ਅਤੇ ਲਓ ਜੀ ਪਹੁੰਚ ਗਏ ਆਪਾਂ ਦੁਕਾਨ 'ਤੇ ਸਟੀਕਰ ਲਵਾ ਕੇ ਮਿਲਦਾ ਕਿਉਂਕਿ ਸਟੀਕਰ ਪਹਿਲਾਂ ਵੀ ਆਪਣਾ ਉਹੀ ਲਵਾਇਆ ਸੀ ਨਾ ਦਿਖਾਉਣ ਦੀ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਉਹੀ ਚੀਜ਼ ਸੇਮ ਲਵਾਉਣੀ ਆ ਅਤੇ ਕਰਾ ਕੇ ਮਿਲਦੇ ਹਾਂ ਤੁਹਾਨੂੰ ਅਤੇ ਸਟੀਕਰ ਆਪਾਂ ਲਵਾ ਲਿਆ ਸੀਗਾ ਅਤੇ ਜਾਂਦੇ ਜਾਂਦੇ ਫਿਰ ਸਰ ਕਹਿੰਦਾ ਬਰਗਰ ਖਾਣਾ ਫਿਰ ਸਰ ਨੇ ਮੈਨੂੰ ਬਰਗਰ ਖਵਾਤਾ ਮੈਂ ਇਹਨੂੰ ਆਹ ਸਮੂਦ ਜੀ ਬਣਾ ਦਿੱਤੀ ਕੀ ਹੁੰਦੀ ਹੈ ਸਟਰੋਬਰੀ ਫਿਲਹਾਲ ਹੁਣ ਚੱਲਦੇ ਹਾਂ ਪਿੰਡ ਨੂੰ ਪੀਂਦੇ ਪੀਂਦੇ ਇਹਨੂੰ ਤੇਲ ਨਹੀਂ ਭੜਕਦੇ ਹੁਣ ਐਤਕੀ ਵਾਲੀ ਆਪਾਂ ਬਿੰਦੀਆਂ ਵੀ ਲਵਾਈਆਂ ਤਿੰਨ ਹੁਣ ਇਹਨੇ ਸਿੱਧਾ ਲਿਖਾਇਆ ਆਪਾਂ ਥੋੜ੍ਹਾ ਜਿਹਾ ਆਹੀ ਘੈਂਟ ਲਾ ਲਾ ਯਾਰ ਉਹਦੇ ਨਾਲ ਦਾ ਅਤੇ ਚਲੋ ਜੀ ਫਿਰ ਅੱਜ ਦਾ ਵਲੋਗ ਪੂਰੀ ਖਤਮ ਕਰਦੇ ਹਾਂ ਜੇ ਵਲੋਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਅਤੇ ਮਿਲਦੇ ਤੁਹਾਨੂੰ ਆਪਾਂ ਨਵੇਂ ਵਲੋਗ 'ਚ ਉਹ ਵਾਲਾ ਸਟੀਕਰ ਜਿਹਾ ਉਹ ਤਾਂ ਵਧੀਆ ਸੀ ਪਰ ਮੇਰੇ ਤੋਂ ਨਹੀਂ ਸਹੀ ਲੱਗਿਆ ਅਗਲੀ ਵਾਰ ਮੈਂ ਪੁੱਛ ਕੇ ਵੀ ਆਇਆ ਉਹਨੂੰ ਉਹ ਕਹਿੰਦਾ ਵੀ ਮਿਲ ਤਾਂ ਜਾਊ ਪਰ ਉਹੋ ਜਿਹਾ ਨਹੀਂ ਮਿਲਣਾ ਨਾ ਬਾਜ ਵਾਲਾ ਮਿਲਣਾ ਸ਼ੇਰ ਸ਼ੋਰ ਜਿਹੇ ਵਾਲੇ ਹੈਗੇ ਸੀਗੇ ਬਾਕੀ ਉਹ ਦੇਖਾਂਗੇ ਫਿਰ ਕਦੇ ਜੇ ਲਵਾਉਣਾ ਪੈ ਗਿਆ ਅਤੇ ਅੱਜ ਦਾ ਵਲੋਗ ਪੂਰੀ ਖਤਮ ਕਰਦੇ ਹਾਂ ਓਕੇ ਜੀ ਮਿਲਦੇ ਹਾਂ ਨਵੇਂ ਵਲੋਗ 'ਚ।